ਅਸਲਾਮ ਵਾਲੇਕੁਮ ਦੋਸਤੋ, ਇਹ ਮੈਂ ਇੱਕ ਜਗ੍ਹਾ ਦੇ ਉੱਤੇ ਮੌਜੂਦ ਹਾਂ। ਇਹ ਦੇਖਦੇ ਹਾਂ, ਇੱਕ ਬੰਦਾ ਅੱਜ ਦੇ ਦੌਰ ਵਿੱਚ ਹੀ ਮੋਟਰਸਾਈਕਲ 'ਤੇ ਚੜਾ ਆਉਂਦਾ ਹੈ, ਅਤੇ ਇਹਦੇ ਕੋਲ ਪੁੱਛਦੇ ਹਾਂ ਵੀ ਇਹ ਕਿੱਥੋਂ ਆਉਂਦਾ ਪਏ। ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ ਚਾਚਾ, ਕੀ ਹਾਲ ਹੈ? ਖੈਰੇ ਠੀਕ ਹੋ? ਤਬੀਅਤ ਸਿਹਤ ਠੀਕ ਹੈ? ਐਸੀ ਹੈ ਮੈਂ ਕੋ ਤੁਸੀਂ ਬਹੁ ਦੂਰ ਤੋਂ ਲੱਗਦੇ ਵੇ ਆਂਦੇ ਪਏ ਵੇ ਸਾਈਕਲ ਦੇ ਉੱਤੇ। ਕਿੱਥੋਂ ਆਂਦੇ ਪਏ ਵੇ ਸੀ? ਮਾਨ ਤੋਂ ਆਂਦੇ ਪਏ ਬਾਬੂ। ਕਿੱਥਾ ਵੇਂਦੇ ਪਏ ਵੇ? ਅਦੈਨ ਦਿਮਾਗ ਤੇ ਕਰੋੜ ਵੇਂਦੇ ਪੈਸੇ। ਕਰੋੜ? ਕਿਤਨਾ ਫਾਸਲਾ ਹੈ ਕਰੋੜ ਦਾ? ਖੁਦਾ ਜਾਣੇ, ਪਤਾ ਤਾਂ ਖਾਸ ਕੋਈ ਨਹੀਂ। ਅੱਛਾ, ਤਕਰੀਬਨ 1.5 ਘੰਟਾ ਲੱਗ ਸੀ। ਮੈਂ ਕੋ ਤਾਂ ਇਵੇਂ ਲੱਗਦਾ ਹੈ ਕਮ ਸੇ ਕਮ ਇਹ 60-65 ਕਿਲੋਮੀਟਰ ਦਾ ਫਾਸਲਾ ਹੈ। ਖੁਦਾ ਜਾਣੇ ਵਾਕਿਫ ਜੁ ਨਹੀਂ। ਅੱਛਾ, ਤੇ ਇਹ ਕਦਾਂ ਦੀ ਸਾਈਕਲ ਚਲੇਂਦੇ ਹੋ? ਮੈਨੂੰ ਤਾਂ ਲੱਗਦਾ ਇਹ ਸਾਈਕਲ ਬੜੀ ਤੁਹਾਡੀ ਇਵੇਂ ਹੈ ਕਦੀਮ ਜਿਹੀ, ਪੁਰਾਣੀ ਜਿਹੀ। ਇਹ ਸਭ ਦਾਦੇ ਦੇ ਵੇਲੇ ਦੀ ਹੈ। ਅੱਛਾ, ਦਾਦੇ ਦੇ ਵੇਲੇ ਦੀ। ਅੱਛਾ, ਇਹ ਅੱਛਾ ਇਹ ਪਿੱਛੂ ਇਹ ਸਮਾਨ ਇਹਦਾ ਇਹ ਪੰਪ ਹੈ ਜਨਾਬ, ਮਨ ਕੋਈ ਹਵਾ ਸ਼ਵਾ ਭਰਨ ਵਾਸਤੇ ਪੰਚਰ ਥੀ ਸਕਦੇ? ਅੱਛਾ, ਇਹ ਪੰਚਰ ਵਾਲਾ ਸਮਾਨ ਹੈ ਤੁਸੀਂ ਨਾਲ ਰੱਖੀ ਵਦੇ ਹੋ? ਅੱਛਾ ਅੱਛਾ ਅੱਛਾ, ਇਹ ਮੈਨੂੰ ਦੱਸੋ, ਇਹ ਥੋੜ੍ਹਾ ਜਿਹਾ ਤੇ ਛਾਂ ਤੇ ਵਾਲਾਓ, ਤੁਸੀਂ ਮੈਨੂੰ ਥੱਕੇ ਹੋਏ ਲੱਗਦੇ ਵੇ, ਤੇ ਇਹ ਦੱਸੇ ਸੋ ਇਹ ਕਦੇ ਥੱਕਦੇ ਵੀ ਵੇ ਸਾਈਕਲ ਚਲੇਂਦੇ ਚਲੇ ਨੇ? ਉਹ ਸੁੱਖ ਸਿਹਤ ਹੋਵੇ ਤਾਂ ਕੋਈ ਨਹੀਂ ਥੱਕਦਾ। ਅੱਛਾ, ਵਾਦਾ ਘਾਟ ਹੋਵੇ ਤਾਂ ਖੁਦ ਥੱਕਦੇ? ਮਾਸ਼ਾਅੱਲਾ, ਮੈਂ ਕੋ ਤੁਹਾਡੀ ਸਿਹਤ ਮਾਸ਼ਾਅੱਲਾ ਬੜੀ ਅੱਛੀ ਦਿਸਦੀ ਪਈ, ਸ਼ੁਕਰ ਹੈ ਅਲਹਮਦੁਲਿਲਾ। ਕੀ ਨਾਂ ਹੈ ਸੀ ਤੁਹਾਡੇ? ਗੁਲਾਮ ਅਕਬਰ। ਗੁਲਾਮ ਅਕਬਰ, ਮਾਸ਼ਾਅੱਲਾ ਮਾਸ਼ਾਅੱਲਾ। ਅੱਛਾ, ਦਮਾਨ ਤੇ ਕਿਹੜੀ ਜਾਤ ਬਾਂਧੇ ਹੋ ਸੀ? ਕਿਸ਼ਕੋਰੀ ਤੇ ਬਾਂਧੇ ਹੋ ਸੀ? ਅੱਛਾ ਅੱਛਾ, ਤੇ ਇਹ ਇਨਤੇ ਤੁਹਾਡੀ ਕੋਈ ਰਿਸ਼ਤੇਦਾਰੀ ਹੈ? ਅੱਛਾ 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 ਅੱਛਾ, ਮਾਸ਼ਾਅੱਲਾ। ਅੱਛਾ, ਇਹ ਤੂੰ ਇਲਾਵਾ ਕਿਹੜਾ ਕੰਮ ਕਰੇ ਤੂੰ? ਹੁਣ ਮੈਂ ਤੁਸੀਂ ਲੱਗਦੇ ਇਵੇਂ ਇਵੇ ਵੀ ਤੁਸੀਂ ਬੀਆ ਤਾਂ ਕੋਈ ਕੰਮ ਕਰਨ ਦੇ ਨਹੀਂ ਵੇ, ਲੇਕਿਨ ਵਾਲੀ ਤੁਸੀਂ ਮਾਸ਼ਾਅੱਲਾ ਸਾਈਕਲ ਚਲਾਉਂਦੇ ਵਧੇ ਹੋ। ਕੰਮ ਕਰਨੇ, ਨਮਾਜ਼ ਪੜ੍ਹਦੇ, 5 ਵਕਤ ਅਜ਼ਾਨ ਦਿੰਦੇ ਆਂ। ਸ਼ੁਕਰ ਹੈ ਤੇ ਅਲਹਮਦੁਲਿਲਾ। ਇਹ ਬੜਾ ਖਾਸ ਸਾਲੇ ਜਿਵੇਂ ਕੰਮ ਕੋਈ ਨਹੀਂ, ਰਬੀਆ ਕਰੂੰ ਤਾਂ ਬਣ ਕੇ। ਅੱਛਾ, ਅੱਲਾਹ ਯਾਦ ਹੀ ਕਰੇ ਬੱਚਿਆਂ ਦੀ, ਹਰ ਕੋਈ ਕੰਮ ਕਰਨ ਵਾਲਾ ਠੀਕ ਹੈ, ਕਾਰੋਬਾਰ ਹਰ ਕੋਈ ਬਣ ਗਿਆ। ਅੱਛਾ ਅੱਛਾ ਅੱਛਾ, ਇਹ ਮੈਂ ਦੱਸੋ ਇਹ ਕਰੀ ਤੁਹਾਡੇ ਦਿਲ ਦੇ ਵਿੱਚ ਇਹ ਖਿਆਲ ਆਇਆ ਹਾਂ ਵੀ ਅਸਾਂ ਕੋਈ ਮੋਟਰਸਾਈਕਲ ਚਲਾਉਂ ਜਾਂ ਇਹੋ ਕਰੂੰ, ਇਹ ਕੋਈ ਆਇਆ ਹਾਂ ਕਿ ਬਸ ਇਵੇਂ ਬਸ ਸਾਈਕਲ ਹੀ ਚਲੇਂਦੇ ਆਉਂਦੇ ਹੋ? ਮੋਟਰਸਾਈਕਲ ਚਲਾਏ ਸੀ। ਅੱਛਾ, ਸ਼ੌਕ ਨਹੀਂ ਰਲੀ? ਅੱਛਾ, ਕਿਉਂ? ਤੇਲ ਕੋਲ ਡਰ ਗਏ? ਹਾਂ, ਬਸ ਜ਼ੋਰ ਹੈ। ਅੱਛਾ 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 ਅੱਛਾ, ਪਿੱਛੇ ਸਾਈਕਲ ਜੋ ਹੈ ਨਾ, ਹਾਂ, ਇਹ ਤੇ ਪੰਚਰ ਥੀ ਵੇਸੀ ਨਾ, ਤੇ ਇਹ ਵਾਸਤੇ ਦੀ ਵੀ ਆ ਤਾਂ ਕੋਈ ਨਹੀਂ ਵਸਣਾ। ਅੱਛਾ, ਇਹ ਜਿਹੜੀ ਸਾਈਕਲ ਹੈ ਇਹਦਾ ਫਰੇਮ ਮੈਂ ਬੀਆ ਲੱਗਦਾ ਹੈ, ਵੀਲ ਬਾਏ ਲੱਗਦੇ ਹਨ, ਤੇ ਬਾਬਾ ਇਹਦਾ ਹੈਡੋਲੀ ਵੀ ਆਈ ਵੀ? ਅੱਛਾ 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 ਅੱਛਾ, ਇਹ ਜਦਾਂ ਦਾ ਤੂੰ ਸਾਈਕਲ ਚਲਾਉਣ ਲੱਗੇ ਤੇ ਕੋ ਇਹ ਯਾਦ ਹੈ ਪਹਿਲਾ ਪਹਿਲਾ ਸਾਈਕਲ ਤਾਂ ਕਿਤਨੇ ਦਾ ਕੀਤਾ? ਉਹ ਮੈਂ ਕੀਤਾ ਹੀ ਪਹਿਲਾ ਪਹਿਲਾ 100 ਤੇ 20 ਰੁਪਏ ਦਾ। 120 ਰੁਪਏ ਦਾ? ਤੇ ਅੱਜ ਉਹ ਸਾਈਕਲ ਮੈਂ ਤਾਂ ਕਮ ਸੇ ਕਮ 25-26 ਹਜ਼ਾਰ ਤੱਕ ਗਿਆ ਖੜੇ। ਪੰਪ ਮੈਂ ਕੀਤਾ ਇਹ ਜਿਹੜਾ ਪੰਪ ਚ ਬੱਧਾ ਖੜੇ ਉਹ ਵਾਲੇ, ਮੈਂ ਕੀਤਾ ਉਹ ਵਾਲੇ ਪੰਪ ਜੋ 30 ਰੁਪਏ ਦਾ। ਅੱਛਾ, ਇਹ ਪੰਪ ਦੀ ਵੀ ਕਾਫੀ ਸਾਰੀ ਉਮਰ ਹੈ ਨਾ? ਹੁਣ ਤਾਂ 500 ਤੋਂ ਨਹੀਂ ਮਿਲਦਾ ਇਹ ਪੰਪ। ਅੱਛਾ ਜੀ ਜੀ। ਅੱਛਾ, ਇਹ ਮੈਨੂੰ ਦੱਸੋ ਇਹ ਸਾਈਕਲ ਤੋਂ ਇਲਾਵਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਹੜੀ ਕਿਹੜੀ ਸ਼ਾਇਦ ਸਵਾਰੀ ਕੀਤੀ? ਓਏ ਬਾਬਾ ਬਾਈ, ਸਾਰੀ ਕੋਈ ਸਵਾਰੀ ਕੋਈ ਨਹੀਂ। ਜੱਟ ਲੋਕ ਆਸੇ ਵਹਿਬਾ ਕਰਦੇ ਆਸੇ, ਮਾਲ ਉੱਠ ਲੈਂਦੇ ਆਸੇ, ਕਾਰੋਬਾਰ ਘਰ ਦੀ ਕਰਦੇ ਆਸੇ। ਅੱਛਾ, ਲੰਬੇ ਚੌੜੀ ਬਾਈ ਜੀ, ਹੁਣ ਤਾਂ ਕੋਈ ਗੱਲ ਨਾ ਆਸੇ ਬਾਕੀ ਕਰਾਂ ਜੀ, ਬਾਈ ਵਿਜ਼ਾਤ ਲਿਓ ਕਿਸ ਦੀ ਦਿਓ? ਹਾਂ ਬਿਲਕੁਲ ਬਿਲਕੁਲ ਨਹੀਂ, ਲੇਕਿਨ ਗੱਲ ਐਸੀ ਮੈਂ ਤੁਹਾਡੇ ਕੋਲ ਕੋਈ ਵਜ਼ਾਹਤ ਨਾ ਕਹਿਣਾ ਚਾਹੁੰਦਾ, ਤੁਹਾਡੀ ਮਿਹਰਬਾਨੀ ਹੈ ਤੁਸੀਂ ਮੈਨੂੰ 2 ਮਿੰਟ ਟਾਈਮ ਦਿੱਤੇ ਚਾ। ਇਹ ਵਹਿੰਦੀ ਜਾਹ ਦੇ ਉੱਤੇ ਅੱਜ ਕੱਲ੍ਹ ਲੋਕ ਤਾਂ ਕੋਈ ਪੱਤੇ ਵੀ ਬਜ਼ੁਰਗ ਲੋਕਾਂ ਨਾਲ ਕੋਸ਼ਿਸ਼ ਕਰਨ ਵੀ ਯਾਰ ਇਹ ਕੰਨੀ ਕੀਤੀ ਵਹਿੰਦੇ ਮਤਾਂ ਇਹਦੀ ਸਾਈਕਲ ਅੜੇ ਡੱਠੇ ਹੀ ਵਜੇ ਗੀ ਚੀਜ਼ ਪਾਏ ਹੋਏ ਸੀ, ਲੇਕਿਨ ਉਹਦੇ ਬਾਵਜੂਦ ਤੁਸੀਂ ਸਾਨੂੰ ਟਾਈਮ ਦਿੱਤੇ ਤੁਹਾਡੀ ਸ਼ਫਕਾ ਤੇ ਵੱਲ ਵੀ ਮਾਸ਼ਾਅੱਲਾ। ਅਸਾਂ ਇਹ ਦੁਆ ਕਰ ਸਕਦੇ ਹਾਂ ਅੱਲਾਹ ਤਾਲਾ ਤੋਂ ਖੈਰ ਨਾਲ ਆਪਣੀ ਮੰਜ਼ਿਲ ਦੇ ਉੱਤੇ ਘਿਨ ਵਜੇ, ਅਤੇ ਨਾਲ ਇਹ ਬਈ ਜੋ ਬਈ ਇੱਥਾਂ ਹੁਣ ਮੈਂ ਦੇਦਾਂ, ਅੱਗੋਂ ਅਗਰ ਕੋਈ ਜਗ੍ਹਾ ਇਹੋ ਜਿਹੀ ਮਿਲਦੀ ਹੈ ਤਾਂ ਮੈਂ ਇਨਸ਼ਾਅੱਲਾ ਤੁਹਾਡੀ ਖਿਦਮਤ ਸੇਵਾ ਵੀ ਜ਼ਰੂਰ ਕਰੇ ਸਾਂ। ਅਤੇ ਤੁਹਾਡਾ ਨਾਂ ਤੁਸੀਂ ਮੈਨੂੰ ਅੱਗੇ ਦੱਸੇ? ਕੀ ਨਾਂ ਦੱਸੇ ਵੇ? ਗੁਲਾਮ ਅਕਬਰ, ਮਾਸ਼ਾਅੱਲਾ ਸੀ, ਅੱਲਾਹ ਤਾਲਾ ਤੋਂ ਸਲਾਮਤ ਰੱਖੇ। ਇਹ ਮੇਰਾ ਇੱਕ ਫੇਸਬੁੱਕ ਪੇਜ ਹੈ, ਅਰੀਬ ਖਾਨ ਜ਼ਾਦਾ 55, ਉਹ ਜ਼ਰੂਰ ਫਾਲੋ ਕੀਤਾ ਕਰੋ। ਅਤੇ ਮੇਰਾ ਇੱਕ ਯੂਟਿਊਬ ਚੈਨਲ ਹੈ ਅਰੀਬ ਖਾਨ ਜ਼ਾਦਾ ਵਿਲਾਗ, ਉਹ ਵੀ ਲਾਜ਼ਮੀ ਜਿਹਾ ਰਹਿਣਾ ਤੁਸੀਂ ਇਹ ਸਬਸਕ੍ਰਾਈਬ ਕਰੇ ਸੋ। ਤਾਂ ਦੋਸਤਾਂ ਦੀ ਮੁਹੱਬਤਾਂ ਦਾ ਬਹੁਤ ਸ਼ੁਕਰੀਆ। ਅਤੇ ਅਸਾਂ ਤੁਹਾਡੇ ਕੋਲੋਂ ਹੁਣ ਅਸਲਾਮ ਵਾਲੇਕੁਮ ਆਦੇ ਹਾਂ। ਚਾਚਾ ਤੁਹਾਡੀ ਬਹੁਤ ਮਿਹਰਬਾਨੀ, ਅੱਲਾਹ ਤੁਹਾਨੂੰ ਸਲਾਮਤ ਰੱਖੇ, ਮਿਹਰਬਾਨੀ ਸੀ।